ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਡਾਕਟਰ ਪਰਮਪ੍ਰੀਤ ਸਿੰਘ ਆਰਥੋਪੈਡਿਕ ਸਰਜਨ ਅਤੇ ਪੇਨ ਮੈਨੇਜਮੈਂਟ ਸਪੈਸ਼ਲਿਸਟ ਹਾਂ ਅਮਨਦੀਪ ਹੋਸਪਿਟਲਸ ਤੋਂ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਤੇ ਸਾਨੂੰ ਕਾਫੀ ਕੁਆਇਰੀਜ਼ ਵੀ ਆ ਰਹੀਆਂ ਹਨ ਕਿ ਅਸੀਂ ਆਪਣੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਮਿਥਸ ਐਂਡ ਫੈਕਟਸ ਦੀ ਜਿਹਦੇ ਵਿੱਚ ਅਸੀਂ ਕਈ ਜਿਹੜੀਆਂ ਧਾਰਨਾਵਾਂ ਉਹ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਸੋ ਇਸੇ ਸੀਰੀਜ਼ ਦੇ ਵਿੱਚ ਅਸੀਂ ਅੱਜ ਦਾ ਜਿਹੜਾ ਨਵਾਂ ਇੱਕ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਕਿ ਅਸੀਂ ਗੱਲ ਕਰਾਂਗੇ ਕਿ ਜਿਹੜੇ ਗੋਡੇ ਖਰਾਬ ਹੁੰਦੇ ਹਨ ਕੀ ਉਹ ਘੱਟ ਉਮਰ ਵਿੱਚ ਹੋ ਸਕਦੇ ਹਨ ਅਤੇ ਜੇ ਹੋ ਸਕਦੇ ਹਨ ਤਾਂ ਉਹਨਾਂ ਦੇ ਇਲਾਜ ਵਾਸਤੇ ਅਸੀਂ ਕੀ ਕਰ ਸਕਦੇ ਹਨ ਸੋ ਇਹ ਧਾਰਨਾ ਮੰਨੀ ਜਾਂਦੀ ਸੀ ਪਹਿਲੇ ਕਿ ਜਿਹੜੇ ਗੋਡੇ ਖਰਾਬ ਹੁੰਦੇ ਹਨ ਉਹ ਵਡੇਰੀ ਉਮਰ ਵਿੱਚ ਹੀ ਹੁੰਦੇ ਹਨ ਜਦੋਂ ਆਦਮੀ ਬਜ਼ੁਰਗ ਹੋ ਜਾਂਦਾ ਹੈ ਜਾਂ 55-60 ਸਾਲ ਦਾ ਮੰਨ ਕੇ ਚੱਲੋ ਕਿ ਉਮਰ ਤੋਂ ਬਾਅਦ ਹੁੰਦੇ ਹਨ ਲੇਕਿਨ ਹੁਣ ਦੇਖਣ ਵਿੱਚ ਆ ਰਿਹਾ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਹੀ ਲੋਕਾਂ ਦੇ ਗੋਡੇ ਖਰਾਬ ਹੋਣੇ ਸ਼ੁਰੂ ਹੋ ਗਏ ਹਨ ਮਸਲਨ 35-40 ਸਾਲ ਦੀ ਉਮਰ ਦੀ ਜੇ ਗੱਲ ਕਰੀਏ ਤਾਂ ਸਾਡੇ ਕੋਲ ਪੇਸ਼ੈਂਟਸ ਆ ਰਹੇ ਹਨ ਐਸਪੈਸ਼ਲੀ ਜ਼ਿਆਦਾ ਲੇਡੀਜ਼ ਆ ਰਹੀਆਂ ਹਨ ਜਿਨ੍ਹਾਂ ਦੇ ਕਿ ਗੋਡੇ ਦੁਖਣ ਲੱਗ ਪਏ ਹਨ ਅਤੇ ਜੇਕਰ ਉਹ ਐਕਸਰੇ ਕਰਾ ਕੇ ਦੇਖਦੇ ਹਾਂ ਤਾਂ ਉਹਨਾਂ ਦੇ ਗੋਡੇ ਦਰਮਿਆਨੇ ਖਰਾਬ ਮਿਲਦੇ ਹਨ ਸੋ ਇਸ ਦਾ ਕਾਰਨ ਕੀ ਹੈ ਅਸੀਂ ਜੇ ਗੱਲ ਕਰੀਏ ਕਿ ਪਹਿਲੇ ਗੱਲ ਸੀ ਕਿ ਇੱਕ ਧਾਰਨਾ ਸੀ ਕਿ ਜੀ ਗੋਡੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਵੱਧ ਉਮਰ 'ਚ ਖਰਾਬ ਹੁੰਦੇ ਹਨ ਸੋ ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਸਾਡਾ ਤੌਰ ਤਰੀਕਾ ਚੇਂਜ ਹੋ ਗਿਆ ਹੈ ਉੱਠਣ ਬੈਠਣ ਦਾ ਕੰਮ ਕਰਨ ਦਾ ਸਟਾਈਲ ਚੇਂਜ ਹੋ ਗਿਆ ਹੈ ਪਹਿਲੇ ਜਿਹੜੇ ਲੋਕ ਹੁੰਦੇ ਸਨ ਜ਼ਿਆਦਾ ਮਿਹਨਤੀ ਹੁੰਦੇ ਸਨ ਫਿਜ਼ੀਕਲ ਮਿਹਨਤ ਜ਼ਿਆਦਾ ਕਰਦੇ ਸਨ ਅੱਜ ਕੱਲ੍ਹ ਜਿਹੜੇ ਯੰਗ ਲੋਕਾਂ ਦੀ ਮੈਂ ਗੱਲ ਕਰਾਂ ਜਿਸ ਤਰ੍ਹਾਂ ਕਿ 30-50 ਸਾਲ ਦੇ ਏਜ ਗਰੁੱਪ ਦੇ ਹਨ ਜ਼ਿਆਦਾਤਰ ਸਿਟਿੰਗਸ ਜੋਬ ਕਰਦੇ ਹਨ ਉਹਨਾਂ ਦੀ ਕਸਰਤ ਘੱਟ ਹੁੰਦੀ ਹੈ ਫਿਜ਼ੀਕਲ ਐਕਟੀਵਿਟੀ ਘੱਟ ਹੁੰਦੀ ਹੈ ਆਊਟਡੋਰ ਐਕਟੀਵਿਟੀ ਵੀ ਘੱਟ ਹੁੰਦੀ ਹੈ ਜਿਸ ਦਾ ਪ੍ਰਭਾਵ ਗੋਡਿਆਂ 'ਤੇ ਪੈਂਦਾ ਹੈ ਮੋਟਾਪਾ ਆ ਜਾਂਦਾ ਹੈ BP ਸ਼ੂਗਰ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਸੋ ਇਹਨਾਂ ਸਾਰੀਆਂ ਨਾਲ ਚੀਜ਼ਾਂ ਦੇ ਜੁੜਨ ਦੇ ਨਾਲ ਹੀ ਗੋਡਿਆਂ 'ਤੇ ਵੀ ਪ੍ਰਭਾਵ ਪੈਂਦਾ ਹੈ ਅਤੇ ਕੀ ਇਸ ਨੂੰ ਰੋਕਿਆ ਜਾ ਸਕਦਾ ਹੈ ਘੱਟ ਉਮਰ ਵਿੱਚ ਹੀ ਵਧਣ ਤੋਂ ਬਿਲਕੁਲ ਰੋਕਿਆ ਜਾ ਸਕਦਾ ਹੈ ਉਸ ਵਾਸਤੇ ਸਾਡੇ ਕੋਲ ਬਹੁਤ ਸਾਰੀਆਂ ਟੈਕਨੀਕਸ ਥੈਰੇਪੀਜ਼ ਅਵੇਲੇਬਲ ਹਨ ਜਿਨ੍ਹਾਂ ਦੇ ਨਾਲ ਕਿ ਅਸੀਂ ਆਪਣੇ ਮਰੀਜ਼ ਨੂੰ ਠੀਕ ਕਰ ਸਕਦੇ ਹਾਂ ਉਹ ਦਰਦ ਤੋਂ ਨਿਜਾਤ ਪਾ ਸਕਦੇ ਹਨ ਸੋ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਆਪਣੇ ਅਗਲੇ ਵੀਡੀਓ ਵਿੱਚ ਉਦੋਂ ਤੱਕ ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੰਦਰੁਸਤ ਰਹੋ ਐਕਟਿਵ ਰਹੋ ਅਤੇ ਆਪਣਾ ਖਿਆਲ ਰੱਖੋ ਥੈਂਕ ਯੂ